ਕ੍ਰਿਸ਼ਨ ਚੰਦਰ ਦੀ ਕਹਾਣੀ ਹੈ। ਪੂਰੇ ਚੰਨ ਦੀ ਰਾਤ। ਅਪ੍ਰੈਲ ਦਾ ਮਹੀਨਾ ਸੀ। ਬਦਾਮਾਂ ਦੀਆਂ ਟਹਿਣੀਆਂ ਫੁੱਲਾਂ ਨਾਲ ਭਰ ਗਈਆਂ ਸਨ। ਪੌਣ ਵਿੱਚ ਕੱਕਰੀਲੀ ਸੀਤ ਦੇ ਬਾਵਜੂਦ ਬਸੰਤ ਰੁੱਤ ਵਰਗਾ ਸੁਹੱਪਣ ਆ ਗਿਆ ਸੀ। ਉੱਚੀਆਂ ਉੱਚੀਆਂ ਟੀਸੀਆਂ ਦੇ ਹੇਠਾਂ ਮਖਮਲ ਵਰਗੀ ਘਾਹ ਉੱਤੇ ਟਾਵੇਂ ਟਾਵੇਂ ਬਰਫ਼ ਦੇ ਗੋੜੇ ਚਿੱਟੇ ਫੁੱਲਾਂ ਵਾਂਗ ਖਿੜੇ ਹੋਏ ਨਜ਼ਰ ਆ ਰਹੇ ਸਨ। ਅਗਲੇ ਮਹੀਨੇ ਤੱਕ ਇਹ ਚਿੱਟੇ ਫੁੱਲ ਇਸੇ ਘਾਹ 'ਚ ਛਾਈ ਮਾਈ ਹੋ ਜਾਣਗੇ ਅਤੇ ਘਾਹ ਦਾ ਰੰਗ ਗੂੜਾ ਹਰਾ ਹੋ ਜਾਏਗਾ ਅਤੇ ਬਦਾਮਾਂ ਦੀਆਂ ਟਹਿਣੀਆਂ 'ਤੇ ਹਰੇ ਹਰੇ ਬਦਾਮ ਪੁਖਰਾਜ ਦੀਆਂ ਨਗਾਂ ਵਾਂਗ ਲਿਸ਼ਕਣ ਲੱਗ ਪੈਣਗੇ ਅਤੇ ਨੀਲੇ ਨੀਲੇ ਪਹਾੜਾਂ ਦਿਆਂ ਚਿਹਰਿਆਂ ਤੋਂ ਧੁੰਦ ਲੋਪ ਹੁੰਦੀ ਚਲੀ ਜਾਏਗੀ ਅਤੇ ਇਸ ਝੀਲ ਦੇ ਪੁਲੋਂ ਪਾਰ ਪਹੇ ਦੀ ਧੂੜ ਕੂਲੀਆਂ ਭੇਡਾਂ ਦੀ ਜਾਣੀ ਪਛਾਣੀ ਬਾਂ ਬਾਂ ਨਾਲ ਚਮਚਮਾ ਉੱਠੇਗੀ ਅਤੇ ਮੁੜ ਇਹਨਾਂ ਦੀਆਂ ਉੱਚੀਆਂ ਉੱਚੀਆਂ ਟੀਸੀਆਂ ਹੇਠਾਂ ਆਜੜੀ ਭੇਡਾਂ ਦੀਆਂ ਪਿੰਡਿਆਂ ਉੱਤੋਂ ਸਿਆਲਾਂ ਦੀ ਪਲੀ ਪੋਸੀ ਮੋਟੀ ਸੰਘਣੀ ਉੱਨ ਮੁੰਨਦੇ ਜਾਣਗੇ ਅਤੇ ਗਾਉਣ ਗਾਉਂਦੇ ਜਾਣਗੇ। ਇਹ ਪਰ ਅਜੇ ਅਪ੍ਰੈਲ ਦਾ ਮਹੀਨਾ ਹੀ ਸੀ। ਅਜੇ ਟੀਸੀਆਂ ਉੱਤੇ ਪੱਤੀਆਂ ਨਹੀਂ ਫੁੱਟੀਆਂ ਸਨ। ਅਜੇ ਪਰਬਤਾਂ ਉੱਤੇ ਬਰਫ਼ੀਲੀ ਧੁੰਦ ਸੀ। ਅਜੇ ਪਹਿਆਂ ਦੀਆਂ ਹਿੱਕਾਂ ਭੇਡਾਂ ਦੀਆਂ ਆਵਾਜ਼ਾਂ ਨਾਲ ਨਹੀਂ ਸਨ ਗੂੰਜੀਆਂ। ਅਜੇ ਸਮਲ ਦੀ ਝੀਲ 'ਚ ਕੌਲ ਫੁੱਲਾਂ ਦੇ ਦੀਵੇ ਨਹੀਂ ਸਨ ਜਗੇ। ਝੀਲ ਦਾ ਡੂੰਘਾ ਹਰਾ ਪਾਣੀ ਆਪਣੀ ਹਿੱਕ ਅੰਦਰ ਉਹਨਾਂ ਲੱਖਾਂ ਸੁਹੱਪਣਾਂ ਨੂੰ ਲੁਕਾਈ ਬੈਠਾ ਸੀ ਜਿਹੜੇ ਬਸੰਤ ਬਹਾਰ ਦੇ ਆਉਣ 'ਤੇ ਇੱਕ ਵਾਰਗੀ ਇਹਦੇ ਸਤ੍ਹਾ ਉੱਤੇ ਕੋਮਲ ਮਿੱਠੀ ਮੁਸਕਾਨ ਦੀ ਤਰ੍ਹਾਂ ਖਿੜ ਪੈਣਗੇ। ਪੁਲ ਦੇ ਕੰਢੇ ਕੰਢੇ ਬਦਾਮਾਂ ਦੀਆਂ ਰੁੱਖਾਂ ਦੀਆਂ ਟਹਿਣੀਆਂ ਉੱਪਰ ਕਰੂੰਬਲਾਂ ਲਿਸ਼ਕਣ ਲੱਗ ਪੈਣੀਆਂ। ਅਪ੍ਰੈਲ ਦੀ ਅੰਤਲੀ ਰਾਤ ਨੂੰ ਜਦ ਬਦਾਮਾਂ ਦੇ ਫੁੱਲ ਫੁੱਟ ਨਿਕਲਦੇ ਅਤੇ ਬਸੰਤ ਬਹਾਰ ਦੀ ਸੂਚਕ ਬਣ ਕੇ ਝੀਲ ਦੇ ਪਾਣੀ 'ਚ ਆਪਣੀਆਂ ਬੇੜੀਆਂ ਤਰਾਉਂਦੇ ਹਨ, ਫੁੱਲਾਂ ਦੇ ਨਿੱਕੇ ਨਿੱਕੇ ਸ਼ਿਕਾਰੇ ਪਾਣੀ ਦੀ ਹਿੱਕ ਉੱਤੇ ਨਾਚ ਕਰਦੇ ਹੋਏ ਬਸੰਤ ਰੁੱਤ ਦੀ ਉਡੀਕ 'ਚ ਹੁੰਦੇ। ਪੁੱਲ ਦੇ ਜੰਗਲੇ ਦਾ ਸਹਾਰਾ ਲੈ ਕੇ ਮੈਂ ਕਦੋਂ ਦਾ ਉਹਦੀ ਉਡੀਕ ਕਰ ਰਿਹਾ ਸਾਂ। ਤੀਸਰਾ ਪਹਿਰ ਬੀਤ ਗਿਆ ਸੀ ਅਤੇ ਤਰਕਾਲਾਂ ਢਾਲਾਈਆਂ ਸਨ। ਵੁੱਲਰ ਝੀਲ ਨੂੰ ਜਾਣ ਵਾਲੇ ਹਾਊਸ ਬੋਟ ਪੁੱਲ ਦੀਆਂ ਪੱਥਰੀਲੀਆਂ ਡਾਟਾਂ 'ਚੋਂ ਨਿਕਲ ਗਏ ਸਨ ਅਤੇ ਹੁਣ ਦਿਸ ਹੱਦੇ ਦੀ ਰੇਖਾ ਉੱਤੇ ਕਾਗਜ਼ ਦੀਆਂ ਬੇੜੀਆਂ ਦੀ ਤਰ੍ਹਾਂ ਨਿਤਾਣੇ ਅਤੇ ਬੇਵੱਸ ਨਜ਼ਰ ਆ ਰਹੇ ਸਨ। ਤਰਕਾਲਾਂ ਦੀ ਲਾਲੀ ਸੁਰਮਈ ਤੋਂ ਕਾਲੀ ਹੁੰਦੀ ਗਈ। ਇੱਥੋਂ ਤੱਕ ਕਿ ਪਹਿਆ ਵੀ ਬਦਾਮਾਂ ਦੇ ਰੁੱਖਾਂ ਦੀ ਪਾਲ ਦੇ ਉਹਲੇ ਸੌਂ ਗਿਆ ਅਤੇ ਮੁੜ ਰਾਤ ਦੀ ਚੁੱਪ ਚਾਂ 'ਚ ਪਹਿਲਾ ਤਾਰਾ ਕਿਸੇ ਰਾਹੀ ਦੇ ਗੀਤ ਦੀ ਤਰ੍ਹਾਂ ਲਿਸ਼ਕ ਪਿਆ। ਹਵਾ ਦੀ ਠੰਡਕ ਅਸਹਿ ਹੁੰਦੀ ਗਈ ਅਤੇ ਨਾਸਾਂ ਉਹਦੀਆਂ ਕਕਰੀਲੀ ਛੋਹ ਨਾਲ ਸੁੰਨ ਹੋ ਗਈਆਂ ਅਤੇ ਫਿਰ ਚੰਨ ਨਿਕਲ ਆਇਆ। ਫਿਰ ਉਹ ਆ ਗਈ, ਤਿੱਖੇ ਤਿੱਖੇ ਪੈਰ ਚੁੱਕਦੀ ਹੋਈ, ਸਗੋਂ ਪਹੇ ਦੀ ਢਲਾਣ ਉੱਤੇ ਦੌੜਦੀ ਹੋਈ। ਉਹ ਬਿਲਕੁਲ ਮੇਰੇ ਲਾਗੇ ਆ ਕੇ ਰੁੱਕ ਗਈ। ਫਿਰ ਹੌਲੀ ਜਿਹੀ ਬੋਲੀ, ਹਾਏ। ਉਹਦਾ ਸਾਹ ਬੜਾ ਤਿੱਖਾ ਚੱਲ ਰਿਹਾ ਸੀ, ਵਿਚਕਾਹੇ ਰੁੱਕ ਜਾਂਦਾ, ਮੁੜ ਤਿੱਖਾ ਹੋ ਚੱਲਣ ਲੱਗ ਪੈਂਦਾ। ਉਹਨੇ ਮੇਰੇ ਮੋਢੇ ਨੂੰ ਆਪਣੀਆਂ ਉਂਗਲਾਂ ਨਾਲ ਛੋਇਆ ਅਤੇ ਆਪਣਾ ਸਿਰ ਉੱਥੇ ਰੱਖ ਦਿੱਤਾ। ਉਹਦੀਆਂ ਕਾਲੀਆਂ ਕੇਸਾਂ ਦਾ ਸੰਘਣਾ ਜੰਗਲ ਮੇਰੀ ਆਤਮਾ ਦੇ ਅੰਦਰ ਦੂਰ ਤੱਕ ਖਿਲਰਦਾ ਚਲਾ ਗਿਆ ਅਤੇ ਮੈਂ ਉਹਨੂੰ ਆਖਿਆ, ਤੀਜੇ ਪਹਿਰ ਤੋਂ ਤੇਰੀ ਉਡੀਕ ਕਰ ਰਿਹਾ। ਉਹਨੇ ਹੱਸ ਕੇ ਆਖਿਆ, ਹੁਣ ਰਾਤ ਪੈ ਗਈ ਹੈ, ਬੜੀ ਸੋਹਣੀ ਰਾਤ ਹੈ। ਉਹਨੇ ਆਪਣਾ ਕੂਲਾ ਨਿੱਕਾ ਜਿਹਾ ਹੱਥ ਮੇਰੇ ਦੂਸਰੇ ਮੋਢੇ 'ਤੇ ਰੱਖ ਦਿੱਤਾ, ਜਿਵੇਂ ਬਦਾਮ ਦੇ ਫੁੱਲਾਂ ਨਾਲ ਭਰੀ ਹੋਈ ਟਾਹਣੀ ਨਿਉਂ ਕੇ ਮੇਰੇ 'ਤੇ ਸੌਂ ਗਈ ਹੋਵੇ। ਚਿਰ ਤੱਕ ਉਹ ਚੁੱਪ ਰਹੀ, ਚਿਰ ਤੱਕ ਮੈਂ ਚੁੱਪ ਰਿਹਾ। ਫਿਰ ਉਹ ਆਪਣੇ ਆਪ ਹੀ ਹੱਸ ਪਈ। ਮੇਰਾ ਬਾਪੂ ਪਹੇ ਦੇ ਮੋੜ ਤੱਕ ਮੇਰੇ ਨਾਲ ਆਇਆ ਸੀ, ਕਿਉਂਕਿ ਮੈਂ ਆਖਿਆ ਮੈਨੂੰ ਡਰ ਲੱਗਦਾ, ਅੱਜ ਮੈਂ ਆਪਣੀ ਸਹੇਲੀ ਰੱਜੇ ਦੇ ਘਰ ਸੌਣਾ ਨਹੀਂ ਜਾਗਣਾ, ਕਿਉਂਕਿ ਬਦਾਮਾਂ ਦੇ ਪਹਿਲੇ ਫਲਾਂ ਦੀ ਖੁਸ਼ੀ 'ਚ ਅਸੀਂ ਸਾਰੀਆਂ ਸਹੇਲੀਆਂ ਸਾਰੀ ਰਾਤ ਜਾਗਾਂਗੀਆਂ ਅਤੇ ਗੀਤ ਗਾਵਾਂਗੀਆਂ, ਅਤੇ ਇਸੇ ਕਰਕੇ ਤਾਂ ਤੀਜੇ ਪਹਿਰ ਤੋਂ ਇੱਧਰ ਆਉਣ ਦੀ ਤਿਆਰੀ ਕਰ ਰਹੀ ਸਾਂ। ਐਪਰ ਚੌਲ ਛੱਡਣੇ ਸਨ, ਕੱਪੜਿਆਂ ਦਾ ਇਹ ਜੋੜਾ ਜਿਹੜਾ ਕੱਲ੍ਹ ਧੋਤਾ ਸੀ ਅਜੇ ਸੁੱਕਿਆ ਨਹੀਂ ਸੀ,
ਇਹਨੂੰ ਅੱਗ ਉੱਤੇ ਸੁਕਾਇਆ ਅਤੇ ਮਾਂ ਜੰਗਲ 'ਚੋਂ ਲੱਕੜੀਆਂ ਚੁਣਨ ਗਈ ਸੀ। ਉਹ ਅਜੇ ਆਈ ਨਹੀਂ ਸੀ ਅਤੇ ਜਦੋਂ ਤੱਕ ਉਹ ਨਾ ਆਉਂਦੀ ਮੈਂ ਮਕਈ ਦੀਆਂ ਛੱਲੀਆਂ ਅਤੇ ਸੁੱਕੀਆਂ ਖੁਰਮਾਨੀਆਂ ਦੇ ਅਤੇ ਜ਼ਰਦਾਲੂ ਤੁਹਾਡੇ ਲਈ ਕਿਵੇਂ ਲਿਆ ਸਕਦੀ ਸਾਂ। ਵੇਖੋ ਇਹ ਸਭ ਕੁਝ ਲਿਆਈਆਂ ਤੁਹਾਡੇ ਲਈ। ਤੁਸੀਂ ਤਾਂ ਸੱਚਮੁੱਚ ਰੁੱਸੇ ਖਲੋਤੇ ਹੋ। ਮੇਰੇ ਵੱਲ ਵੇਖੋ, ਮੈਂ ਆ ਗਈ ਹਾਂ। ਅੱਜ ਪੂਰੇ ਚੰਨ ਦੀ ਰਾਤ ਹੈ, ਆਓ ਕੰਢੇ ਨਾਲ ਲੱਗੀ ਬੇੜੀ ਖੋਲ੍ਹੀਏ ਅਤੇ ਝੀਲ ਦੀ ਸੈਰ ਕਰੀਏ। ਉਹਨੇ ਮੇਰੀਆਂ ਅੱਖੀਆਂ ਵਿੱਚ ਝਾਕਿਆ ਅਤੇ ਮੈਂ ਉਹਦੀਆਂ ਪਿਆਰ ਅਤੇ ਅਸਚਰਜਤਾ ਵਿੱਚ ਡੁੱਬੀਆਂ ਪੁਤਲੀਆਂ ਵੱਲ ਵੇਖਿਆ, ਜਿਨ੍ਹਾਂ 'ਚ ਇਸ ਵੇਲੇ ਚੰਨ ਲਿਸ਼ਕ ਰਿਹਾ ਸੀ ਅਤੇ ਚੰਨ ਮੈਨੂੰ ਆਖ ਰਿਹਾ ਸੀ, ਜਾਓ ਬੇੜੀ ਖੋਲ੍ਹ ਕੇ ਝੀਲ ਦੀ ਸੈਰ ਕਰੋ। ਅੱਜ ਬਦਾਮਾਂ ਦੇ ਪਹਿਲੇ ਫੁੱਲਾਂ ਦੀ ਖੁਸ਼ੀ ਭਰਿਆ ਤਿਉਹਾਰ ਹੈ। ਅੱਜ ਉਹਨੇ ਤੁਹਾਡੇ ਲਈ ਆਪਣੀਆਂ ਸਹੇਲੀਆਂ, ਆਪਣੇ ਬਾਪੂ, ਆਪਣੀ ਛੋਟੀ ਭੈਣ, ਆਪਣੇ ਵੱਡੇ ਭਰਾ ਸਾਰਿਆਂ ਨੂੰ ਧੋਖੇ 'ਚ ਰੱਖਿਆ, ਕਿਉਂਕਿ ਅੱਜ ਪੂਰੇ ਚੰਨ ਦੀ ਰਾਤ ਹੈ ਅਤੇ ਬਦਾਮਾਂ ਦੇ ਚਿੱਟੇ ਅਤੇ ਸੀਤਲ ਫੁੱਲ ਬਰਫ਼ ਦੇ ਗੋੜਿਆਂ ਦੀ ਤਰ੍ਹਾਂ ਚੌ ਪਾਸੀ ਖਿਲਰੇ ਹੋਏ ਹਨ ਅਤੇ ਕਸ਼ਮੀਰ ਦੇ ਗੀਤ ਬਾਲ ਦੇ ਦੁੱਧ ਦੀ ਤਰ੍ਹਾਂ ਉਹਦੀਆਂ ਛਾਤੀਆਂ 'ਚ ਉੱਭਰ ਆਏ ਹਨ। ਤੁਸਾਂ ਉਹਦੀ ਧੌਣ ਵਿੱਚ ਮੋਤੀਆਂ ਦੀ ਸੱਤ ਲੜੀ ਵੇਖੀ? ਇਹ ਸੱਤ ਲੜੀ ਉਹਦੇ ਗਲ 'ਚ ਪਾ ਦਿੱਤੀ ਗਈ ਅਤੇ ਉਹਨੂੰ ਆਖਿਆ ਗਿਆ, ਤੂੰ ਅੱਜ ਸਾਰੀ ਰਾਤ ਜਾਗੇਂਗੀ, ਅੱਜ ਕਸ਼ਮੀਰ ਦੀ ਬਹਾਰ ਦੀ ਪਹਿਲੀ ਰਾਤ ਹੈ, ਅੱਜ ਤੇਰੇ ਗਲੇ 'ਚੋਂ ਕਸ਼ਮੀਰ ਦੇ ਗੀਤ ਐਵੇਂ ਝਰਨਗੇ ਜਿਵੇਂ ਚਾਨਣੀ ਰਾਤ ਵਿੱਚ ਕੇਸਰ ਦੇ ਫੁੱਲ ਖਿੜਦੇ ਹਨ। ਲੈ ਇਹ ਲਾਲ ਸੱਤ ਲੜੀ ਪਾ ਲੈ। ਚਾਨਣੀ ਸਭ ਕੁਝ ਉਹਦੀਆਂ ਹੈਰਾਨ ਪੁਤਲੀਆਂ 'ਚੋਂ ਝਾਕ ਕੇ ਵੇਖਿਆ। ਫਿਰ ਇੱਕਦਮ ਕਿਸੇ ਰੁੱਖ ਤੋਂ ਇੱਕ ਬੁਲਬੁਲ ਉੱਡੀ, ਦੂਰ ਬੇੜੀਆਂ 'ਚ ਦੀਵੇ ਟਿਮਟਮਾਉਣ ਲੱਗੇ ਅਤੇ ਟੀਸੀਆਂ ਤੋਂ ਪਰੇ ਵਾਦੀ 'ਚ ਮਨੁੱਖਾਂ ਦੀਆਂ ਭਾਰੀਆਂ ਆਵਾਜ਼ਾਂ ਅਤੇ ਬੱਚਿਆਂ ਦਾ ਮਿੱਠਾ ਮਿੱਠਾ ਰੌਲਾ, ਛੱਤਾਂ ਉੱਤੋਂ ਜੀਵਨ ਦਾ ਹੌਲੀ ਹੌਲੀ ਉੱਭਰਦਾ ਹੋਇਆ ਧੂੰਆਂ ਅਤੇ ਸੰਧਿਆ ਦੇ ਖਾਣੇ ਦੀ ਮਹਿਕ, ਮੱਛੀ ਅਤੇ ਚੌਲ ਅਤੇ ਕੜਮ ਦੇ ਸਾਗ ਦਾ ਨਰਮ ਅਤੇ ਲੂਣਾ ਸਵਾਦ ਅਤੇ ਪੂਰੇ ਚੰਨ ਦੀ ਰਾਤ ਦਾ ਪੂਰਾ ਜੋਬਨ। ਮੇਰਾ ਗੁੱਸਾ ਮੱਠਾ ਪੈ ਗਿਆ। ਮੈਂ ਉਹਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ, ਉਹਨੂੰ ਆਖਿਆ, ਆਓ ਚੱਲੀਏ ਝੀਲ 'ਤੇ। ਪੁਲ ਲੰਘ ਗਿਆ, ਪਿਆ ਲੰਘ ਗਿਆ, ਬਦਾਮਾਂ ਦੇ ਰੁੱਖਾਂ ਦੀ ਪਾਲ ਮੁੱਕ ਗਈ, ਤਲਾਅ ਲੰਘ ਗਿਆ। ਹੁਣ ਅਸੀਂ ਝੀਲ ਦੇ ਕੰਢੇ ਕੰਢੇ ਤੁਰ ਰਹੇ ਸਾਂ। ਝਾੜੀਆਂ 'ਚ ਡੱਡੂ ਟਰਟਰਾ ਰਹੇ ਸਨ, ਡੱਡੂ, ਝੀਂਗਰ ਅਤੇ ਬੀਂਡੇ। ਉਹਨਾਂ ਦਾ ਬੇਸੁਰਾ ਰੌਲਾ ਵੀ ਇੱਕ ਸੰਗੀਤ ਬਣ ਗਿਆ ਸੀ। ਇੱਕ ਸੁਪਨਮਈ ਆਲਾ ਦੁਆਲਾ ਸੁੱਤੀ ਹੋਈ ਝੀਲ ਦੇ ਵਿਚਕਾਰ ਚੰਨ ਦੀ ਬੇੜੀ ਖਲੋਤੀ ਸੀ, ਨਿਰਛਤ, ਚੁੱਪ ਚਾਪ, ਪਿਆਰ ਦੀ ਉਡੀਕ 'ਚ ਹਜ਼ਾਰਾਂ ਵਰ੍ਹਿਆਂ ਤੋਂ ਇਸੇ ਤਰ੍ਹਾਂ ਖਲੋਤੀ ਸੀ, ਮੇਰੇ ਅਤੇ ਉਹਦੇ ਪਿਆਰ ਦੀ ਉਡੀਕ ਵਿੱਚ, ਤੁਹਾਡੀ ਅਤੇ ਤੁਹਾਡੇ ਪਿਆਰੀ ਦੀ ਮੁਸਕਾਨ ਦੀ ਉਡੀਕ ਵਿੱਚ, ਮਨੁੱਖ ਦੇ ਮਨੁੱਖ ਨੂੰ ਚਾਹੁਣ ਦੀ ਇੱਛਾ ਦੀ ਉਡੀਕ ਵਿੱਚ। ਇਹ ਪੂਰੇ ਚੰਨ ਦੀ ਸੁੰਦਰ ਨਿਰਮਲ ਰਾਤ ਕਿਸੇ ਕੁਆਰੀ ਦੇ ਅਛੋਹ ਸਰੀਰ ਦੀ ਤਰ੍ਹਾਂ ਪਿਆਰ ਦੀ ਪਵਿੱਤਰ ਛੋਹ ਦੀ ਉਡੀਕ ਵਿੱਚ ਹੈ। ਬੇੜੀ ਖੁਰਮਾਨੀ ਦੇ ਇੱਕ ਰੁੱਖ ਨਾਲ ਬੰਨ੍ਹੀ ਹੋਈ ਸੀ, ਜਿਹੜਾ ਬਿਲਕੁਲ ਝੀਲ ਦੇ ਕੰਢੇ ਉੱਗਿਆ ਹੋਇਆ ਸੀ, ਜਿੱਥੇ ਧਰਤੀ ਬੜੀ ਨਰਮ ਸੀ ਅਤੇ ਚਾਨਣੀ ਪੱਤਿਆਂ ਦੇ ਓਹਲੇ 'ਚੋਂ ਝਰ ਝਰ ਕੇ ਆ ਰਹੀ ਸੀ ਅਤੇ ਡੱਡੂ ਹੌਲੀ ਹੌਲੀ ਟਰਟਰਾ ਰਹੇ ਸਨ ਅਤੇ ਝੀਲ ਦਾ ਪਾਣੀ ਘੜੀ ਮੁੜੀ ਕੰਢੇ ਨੂੰ ਚੁੰਮਦਾ ਜਾਂਦਾ ਸੀ ਅਤੇ ਘੜੀ ਮੁੜੀ ਉਹਦੇ ਚੁੰਮਣਾ ਦੀ ਆਵਾਜ਼ ਸਾਡੇ ਕੰਨਾਂ 'ਚ ਪੈ ਰਹੀ ਸੀ। ਮੈਂ ਆਪਣੇ ਦੋਵੇਂ ਹੱਥ ਉਹਦੇ ਲੱਕ ਦੁਆਲੇ ਪਾ ਕੇ ਉਹਨੂੰ ਪੂਰੇ ਜ਼ੋਰ ਨਾਲ ਆਪਣੀ ਹਿੱਕ ਨਾਲ ਲਾ ਲਿਆ। ਝੀਲ ਦਾ ਪਾਣੀ ਘੜੀ ਮੁੜੀ ਕੰਢੇ ਨੂੰ ਚੁੰਮ ਰਿਹਾ ਸੀ। ਪਹਿਲਾਂ ਮੈਂ ਉਹਦੀਆਂ ਅੱਖੀਆਂ ਚੁੰਮੀਆਂ, ਝੀਲ ਦੀ ਸਤ੍ਹਾ ਉੱਤੇ ਲੱਖਾਂ ਕਮਲ ਖਿੜ ਉੱਠੇ। ਫਿਰ ਮੈਂ ਉਹਦੀਆਂ ਗੱਲਾਂ ਚੁੰਮੀਆਂ, ਨਿਰਮਲ ਹਵਾ ਦੇ ਕੋਮਲ ਬੁੱਲੇ ਇੱਕ ਵਾਰਗੀ ਉੱਚੇ ਹੋ ਕੇ ਸਿਆਂ ਗੀਤ ਗਾਉਣ ਲੱਗੇ। ਫਿਰ ਮੈਂ ਉਹਦੇ ਬੁੱਲ ਚੁੰਮੇ, ਲੱਖਾਂ ਮੰਦਰਾਂ, ਮਸੀਤਾਂ ਅਤੇ ਗਿਰਜਿਆਂ 'ਚ ਅਰਦਾਸਾਂ ਦੀ ਧੁਨੀ ਉੱਠੀ ਅਤੇ ਧਰਤੀ ਦੇ ਫੁੱਲ, ਆਕਾਸ਼ ਦੇ ਤਾਰੇ, ਹਵਾ 'ਚ ਉੱਡਣ ਵਾਲੇ ਬਾਜ਼ ਸਭ ਰਲ ਕੇ ਨੱਚਣ ਲੱਗੇ। ਫਿਰ ਮੈਂ ਉਹਦੀ ਠੋਡੀ ਨੂੰ ਚੁੰਮਿਆ, ਫਿਰ ਉਹਦੀ ਧੌਣ ਨੂੰ ਅਤੇ ਕਵਲ ਖਿੜਦੇ ਸੁੱਕੜਦੇ ਗਏ, ਕਲੀਆਂ ਦੀ ਤਰ੍ਹਾਂ ਗੀਤ ਉੱਭਰ ਉੱਭਰ ਕੇ ਮੌਨ ਹੁੰਦੇ ਗਏ।
ਨਾਚ ਮੱਠਾ ਪੈਂਦਾ ਪੈਂਦਾ ਰੁਕ ਗਿਆ। ਹੁਣ ਉਹੀ ਡੱਡੂਆਂ ਦੀ ਆਵਾਜ਼ ਸੀ, ਉਹੀ ਝੀਲ ਦੇ ਕੂਲੇ ਕੂਲੇ ਚੁੰਮਣ 'ਤੇ ਕੋਈ ਹਿੱਕ ਨਾਲ ਲੱਗਿਆ ਹਟਕੋਰੇ ਭਰ ਰਿਹਾ ਸੀ। ਮੈਂ ਹੌਲੀ ਜਿਹੀ ਬੇੜੀ ਖੋਲ੍ਹੀ, ਉਹ ਬੇੜੀ 'ਚ ਬਹਿ ਗਈ। ਮੈਂ ਚੱਪੂ ਆਪਣੇ ਹੱਥਾਂ 'ਚ ਲੈ ਲਿਆ ਅਤੇ ਬੇੜੀ ਨੂੰ ਠੇਲ ਕੇ ਝੀਲ ਦੇ ਵਿਚਕਾਰੇ ਲੈ ਗਿਆ। ਇੱਥੇ ਬੇੜੀ ਆਪਣੇ ਆਪ ਹੀ ਖਲੋ ਗਈ, ਨਾ ਇੱਧਰ ਵਹਿੰਦੀ ਸੀ ਨਾ ਉੱਧਰ। ਮੈਂ ਚੱਪੂ ਚੁੱਕ ਕੇ ਬੇੜੀ 'ਚ ਰੱਖ ਦਿੱਤੇ, ਉਹਨੇ ਪੋਟਲੀ ਖੋਲ੍ਹੀ, ਉਹਦੇ 'ਚੋਂ ਜ਼ਰਦਾਲੂ ਕੱਢ ਕੇ ਮੈਨੂੰ ਦਿੱਤੇ ਅਤੇ ਆਪ ਵੀ ਖਾਣ ਲੱਗੀ। ਜ਼ਰਦਾਲੂ ਸੁੱਕੇ ਸਨ ਅਤੇ ਖੱਟੇ ਮਿੱਠੇ, ਉਹ ਬੋਲੀਏ ਪਿਛਲੀ ਬਹਾਰ ਦੇ ਹਨ। ਮੈਂ ਜ਼ਰਦਾਲੂ ਖਾਂਦਾ ਰਿਹਾ ਅਤੇ ਉਹਦੇ ਵੱਲ ਵਹਿੰਦਾ ਰਿਹਾ। ਉਹ ਹੌਲੀ ਜਿਹੀ ਬੋਲੀ, ਪਿਛਲੀ ਬਹਾਰ ਨੂੰ ਤੁਸੀਂ ਨਹੀਂ ਸੀ। ਪਿਛਲੀ ਬਹਾਰ ਨੂੰ ਮੈਂ ਨਹੀਂ ਸਾਂ ਅਤੇ ਜ਼ਰਦਾਲੂ ਦੇ ਰੁੱਖ ਫੁੱਲਾਂ ਨਾਲ ਭਰ ਗਏ ਸਨ ਅਤੇ ਜ਼ਰਾ ਜਿੰਨੀ ਟਹਿਣੀ ਹਿਲਾਉਣ ਨਾਲ ਝੜ ਕੇ ਮੋਤੀਆਂ ਦੀ ਤਰ੍ਹਾਂ ਖਿੱਲਰ ਜਾਂਦੇ ਸਨ। ਪਿਛਲੀ ਬਹਾਰ 'ਚ ਮੈਂ ਨਹੀਂ ਸਾਂ ਅਤੇ ਜ਼ਰਦਾਲੂ ਦੇ ਰੁੱਖ ਫਲਾਂ ਨਾਲ ਭਰੇ ਪਏ ਸਨ। ਹਰੇ ਹਰੇ ਜ਼ਰਦਾਲੂ ਜਿਹੜੇ ਲੂਣ ਮਿਰਚ ਲਾ ਕੇ ਖਾਧੇ ਜਾਂਦੇ ਸਨ ਅਤੇ ਜੀਭ ਸੀ ਸੀ ਕਰਦੀ ਸੀ ਅਤੇ ਨੱਕ ਵਗਣ ਲੱਗ ਪੈਂਦਾ ਸੀ, ਫਿਰ ਵੀ ਖੱਟੇ ਜ਼ਰਦਾਲੂ ਖਾਧੇ ਜਾਂਦੇ ਸਨ। ਪਿਛਲੀ ਬਹਾਰ ਨੂੰ ਮੈਂ ਨਹੀਂ ਸੀ ਅਤੇ ਹਰੇ ਹਰੇ ਜ਼ਰਦਾਲੂ ਪੱਕ ਕੇ ਪੀਲੇ ਸੁਨਹਿਰੀ ਅਤੇ ਲਾਲ ਹੁੰਦੇ ਗਏ ਅਤੇ ਟਹਿਣੀ ਟਹਿਣੀ ਪ੍ਰਸੰਨਤਾ ਦੇ ਲਾਲ ਫੁੱਲ ਝੂਲ ਰਹੇ ਸਨ ਅਤੇ ਖੁਸ਼ੀ ਭਰੀਆਂ ਅੱਖਾਂ ਲਿਸ਼ਕਦੀਆਂ ਹੋਈਆਂ ਸਰਲ ਅੱਖਾਂ ਇਹਨਾਂ ਨੂੰ ਝੂਮਦਿਆਂ ਹੋਇਆਂ ਵੇਖ ਕੇ ਨਾਚ ਜਿਹਾ ਕਰਨ ਲੱਗ ਪੈਂਦੀਆਂ ਸਨ। ਪਿਛਲੀ ਬਹਾਰ 'ਚ ਮੈਂ ਨਹੀਂ ਸਾਂ ਅਤੇ ਸੋਹਣਿਆਂ ਹੱਥਾਂ ਨੇ ਸੂਹੇ ਸੂਹੇ ਜ਼ਰਦਾਲੂ ਇਕੱਠੇ ਕਰ ਲਏ, ਸੋਹਣਿਆਂ ਬੁੱਲਾਂ ਨੇ ਉਹਨਾਂ ਦਾ ਤਾਜ਼ਾ ਤਾਜ਼ਾ ਰਸ ਚੂਸਿਆ, ਉਹਨਾਂ ਨੂੰ ਆਪਣੇ ਘਰ ਦੀ ਛੱਤ ਉੱਤੇ ਲਿਜਾ ਕੇ ਸੁੱਕਣ ਲਈ ਸੁੱਟ ਦਿੱਤਾ। ਜਦੋਂ ਇਹ ਜ਼ਰਦਾਲੂ ਸੁੱਕ ਜਾਣਗੇ, ਜਦੋਂ ਇੱਕ ਬਹਾਰ ਲੰਘ ਜਾਏਗੀ, ਦੂਜੀ ਬਹਾਰ ਆਉਣ ਨੂੰ ਹੋਏਗੀ, ਤਾਂ ਮੈਂ ਜਾਵਾਂਗਾ ਅਤੇ ਉਹਨਾਂ ਦੇ ਸਵਾਦ ਨਾਲ ਪ੍ਰਸੰਨ ਹੋ ਸਕਾਂਗਾ। ਜ਼ਰਦਾਲੂ ਖਾ ਕੇ ਅਸਾਂ ਸੁੱਕੀਆਂ ਹੋਈਆਂ ਖੁਰਮਾਨੀਆਂ ਖਾਧੀਆਂ। ਖੁਰਮਾਨੀਆਂ ਪਹਿਲਾਂ ਤਾਂ ਇੰਨੀਆਂ ਮਿੱਠੀਆਂ ਨਾ ਜਾਪਦੀਆਂ, ਇਹ ਪਰ ਜਦੋਂ ਮੂੰਹ ਦੇ ਥੁੱਕ 'ਚ ਘੁਲ ਜਾਂਦੀਆਂ ਤਾਂ ਸ਼ਹਿਦ ਵਿੱਚ ਸ਼ੱਕਰ ਦਾ ਸਵਾਦ ਦੇਣ ਲੱਗਦੀਆਂ। ਕੂਲੀਆਂ ਕੂਲੀਆਂ ਬੜੀਆਂ ਮਿੱਠੀਆਂ ਹਨ ਇਹ, ਮੈਂ ਆਖਿਆ। ਉਹਨੇ ਦੰਦਾਂ ਨਾਲ ਇੱਕ ਗਿਟਕ ਨੂੰ ਤੋੜਿਆ ਅਤੇ ਖੁਰਮਾਨੀ ਦੀ ਗਿਰੀ ਕੱਢ ਕੇ ਮੈਨੂੰ ਦਿੱਤੀ, ਖਾਓ। ਗਿਰੀ ਬਦਾਮ ਦੀ ਤਰ੍ਹਾਂ ਮਿੱਠੀ ਸੀ। ਧੰਨਵਾਦ। ਚੱਲਦਾ।